ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਤੁਹਾਡਾ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਫਤੂਰੋ ਇੰਟਰਨੈਸ਼ਨਲ ਇਸ ਚੈਨਲ ਦੇ ਉੱਪਰ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਜਿਹੜੇ ਵੀਰ ਚੈਨਲ ਦੇ ਉੱਤੇ ਪਹਿਲੀ ਵਾਰ ਆਉਂਦੇ ਹਨ ਜਾਂ ਤੁਸੀਂ ਜੇ ਪਹਿਲਾਂ ਵੀ ਚੈਨਲ ਦੇਖਦੇ ਹੋ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜਰੂਰ ਕਰ ਲਓ ਇਸ ਦੇ ਨਾਲ ਕੀ ਹੁੰਦਾ ਹੈ ਕਿ ਨੋਟੀਫਿਕੇਸ਼ਨ ਸਿੱਧਾ ਹੀ ਤੁਹਾਡੇ ਕੋਲ ਪਹੁੰਚਦਾ ਹੈ ਹੁਣ ਤੁਸੀਂ ਬਹੁਤ ਦੇਸ਼ਾਂ ਦੇ ਨਾਮ ਸੁਣੇ ਹੋਣਗੇ ਜਿਦਾਂ ਕਿ ਬਹੁਤ ਵੱਡੇ ਵੱਡੇ ਦੇਸ਼ ਯੂਰਪੀਅਨ ਦੇਸ਼ ਅਮਰੀਕਾ ਕੈਨੇਡਾ ਆਸਟ੍ਰੇਲੀਆ ਇਹਨਾਂ ਦੇਸ਼ਾਂ ਦੇ ਬਾਰੇ ਸਾਰਿਆਂ ਦੇ ਦੀ ਮੰਨ ਦੇ ਵਿੱਚ ਇੱਕ ਧਾਰਨਾ ਬਣੀ ਹੋਈ ਹੈ ਕਿ ਜਿਹੜੇ ਬਹੁਤ ਅਮੀਰ ਦੇਸ਼ ਹਨ ਹੁਣ ਤੁਸੀਂ ਇੱਕ ਹੋਰ ਚੀਜ਼ ਵੀ ਜਾਣਦੇ ਹੋਵੋਗੇ ਜੀ ਡੀ ਪੀ ਜਿਸ ਨੂੰ ਆਪਾਂ ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਕਹਿੰਦੇ ਹਨ ਮਤਲਬ ਕਿ ਕਿਸੇ ਵੀ ਦੇਸ਼ ਦੇ ਵਿੱਚ ਇੱਕ ਸਾਲ ਦੇ ਵਿੱਚ ਜੋ ਵੀ ਪ੍ਰੋਡਕਸ਼ਨ ਹੁੰਦੀ ਹੈ ਸਰਵਿਸ ਵਗੈਰਾ ਹੁੰਦੀਆਂ ਉਹਨਾਂ ਸਾਰਿਆਂ ਦਾ ਜਿਹੜਾ ਮੁੱਲ ਹੁੰਦਾ ਹੈ ਜੀ ਉਸ ਨੂੰ ਜੀ ਡੀ ਪੀ ਕਹਿੰਦੇ ਹਨ ਹੁਣ ਜਿਹੜੀ ਤੁਹਾਨੂੰ ਇੱਕ ਗੱਲ ਦੱਸਣੀ ਹੈ ਇਹ ਬਹੁਤ ਇੱਕ ਸਪੈਸ਼ਲ ਚੀਜ਼ ਹੈ ਜਿਹੜੀ ਕਿ ਤੁਹਾਡੇ ਵਾਸਤੇ ਜਾਣਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਹੁਣ ਤੁਹਾਨੂੰ ਇੱਥੇ ਦੱਸ ਦਈਏ ਕਿ ਜਾਪਾਨ ਦੇਸ਼ ਦਾ ਨਾਮ ਤੁਸੀਂ ਸੁਣਿਆ ਹੈ ਜਾਪਾਨ ਦੀ ਜਿਹੜੀ ਜੀਡੀਪੀ ਹੈ ਜੀ ਬਹੁਤ ਜ਼ਿਆਦਾ ਅੱਗੇ ਹੈ ਇੰਡੀਆ ਤੋਂ ਇਸ ਟਾਈਮ ਅੱਗੇ ਚੱਲ ਰਿਹਾ ਹੈ ਤੇ ਜਾਪਾਨ ਦੇ ਉੱਤੇ ਜੇ 100 ਰੁਪਏ ਸੀ ਆਮਦਨ ਹੈ ਇੱਕ ਤੁਹਾਨੂੰ ਉਦਾਹਰਨ ਦੇ ਕੇ ਸਮਝਾਇਆ ਜਾ ਰਿਹਾ 255% ਜਿਹੜਾ ਹੈ ਇਹਦੇ ਉੱਤੇ ਕਰਜ਼ਾ ਚੜਿਆ ਹੋਇਆ ਹੈ ਮਤਲਬ ਜਾਪਾਨ ਜਿੰਨੀ ਇਸ ਦੀ ਆਮਦਨ ਹੈ ਉਸ ਤੋਂ 2.5 ਗੁਣਾ ਜ਼ਿਆਦਾ ਜਿਹੜੀ ਇੱਥੋਂ ਦੀ ਸਰਕਾਰ ਕਰਜ਼ਾਈ ਹੋ ਚੁੱਕੀ ਹੈ ਦੁਨੀਆ ਵਿੱਚ ਸਭ ਤੋਂ ਜਿਹੜਾ ਕਰਜ਼ਾਈ ਦੇਸ਼ ਹੈ ਜੀ ਜਾਪਾਨ ਨੰਬਰ 2 ਤੇ ਗ੍ਰੀਸ 168% ਨੰਬਰ 3 ਤੇ ਸਿੰਗਾਪੁਰ 168% 4 ਨੰਬਰ ਤੇ ਇਟਲੀ ਆ ਰਿਹਾ ਹੈ ਜਿਹੜਾ ਕਿ ਕਰਜ਼ਾਈ ਦੇਸ਼ ਹੈ ਪੂਰੇ ਵਰਲਡ ਦੇ ਵਿੱਚ ਇਸ ਦੇ ਉੱਪਰ ਜਿਹੜਾ ਕਰਜ਼ਾ ਹੈ ਜੀ 144% ਜੀਡੀਪੀ ਦਾ 5ਵੇਂ ਨੰਬਰ ਤੇ ਅਮਰੀਕਾ 123% ਦੇ ਨਾਲ ਫਰਾਂਸ 6ਵੇਂ ਨੰਬਰ ਤੇ 110% ਅੱਗੇ ਹੈ ਜੀ ਪੁਰਤਗਾਲ 7ਵੇਂ ਨੰਬਰ ਤੇ 108% ਦੇ ਨਾਲ ਸਪੇਨ 107% ਕੈਨੇਡਾ ਦੇ ਉੱਤੇ 106% ਜਿਹੜਾ ਕਰਜ਼ਾ ਚੜਿਆ ਹੋਇਆ ਹੈ ਮਤਲਬ ਇਹ ਕਰਜ਼ਾ ਇੰਨਾ ਜ਼ਿਆਦਾ ਹੈ ਕਿ ਤੁਸੀਂ ਸੋਚ ਨਹੀਂ ਸਕਦੇ ਕਿ ਜਿੰਨੀ ਜੀਡੀਪੀ ਹੈ ਜੀ ਉਸ ਤੋਂ ਵੀ ਜ਼ਿਆਦਾ ਜਿਹੜੀ ਜੀ 7 ਕੰਟਰੀਜ਼ ਹੈ ਜੀ ਇਹਨਾਂ ਦੇ ਜਿਹੜੀ ਐਵਰੀ ਚੱਲ ਰਹੀ ਹੈ 128% ਚੱਲ ਰਹੀ ਹੈ ਬੈਲਜੀਅਮ ਦੇ ਉੱਤੇ 106% ਇਹਦੇ ਵਿੱਚ ਆਪਾਂ 10 ਹੋਰ ਤੁਹਾਨੂੰ ਦੇਸ਼ ਦੱਸਾਂਗੇ ਇੰਗਲੈਂਡ 104% ਦਾ ਜੀਡੀਪੀ ਦਾ ਜਿਹੜਾ ਇਹਦੇ ਉੱਤੇ ਕਰਜਾ ਚੜਿਆ ਹੋਇਆ ਹੈ ਸਾਈਪਰਸ 79% ਆਸਟ੍ਰੇਲੀਆ 75% ਫਿਨਲੈਂਡ ਜਿਹੜਾ ਹੈ ਜੀ 74 ਸਲੋਵੇਨੀਆ 69 ਜਰਮਨ ਦੇ ਉੱਤੇ 66% ਜਿਹੜਾ ਕਰਜਾ ਹੈ ਕ੍ਰੀਸ਼ੀਆ ਉੱਤੇ 64% ਆਈਸਲੈਂਡ 61 ਇਜ਼ਰਾਈਲ 58 ਸਲੋਵੇਕੀਆ 57% ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿ ਜਿਹੜੇ ਯੂਰਪੀਅਨ ਦੇਸ਼ ਹਨ ਜਿਵੇਂ ਅਮਰੀਕਾ ਕੈਨੇਡਾ ਹੈ ਜੀ ਕਿੰਨੇ ਜ਼ਿਆਦਾ ਕਰਜ਼ਾਈ ਹੋ ਚੁੱਕੇ ਹਨ ਬਾਕੀ ਤੁਹਾਡੇ ਮਨ ਦੇ ਵਿੱਚ ਇਹ ਵੀ ਆਏਗਾ ਕਿ ਇੰਡੀਆ ਦੇ ਬਾਰੇ ਵੀ ਦੱਸੋ ਕਿ ਇੰਡੀਆ ਦੇ ਉੱਤੇ ਕਿੰਨਾ ਕਰਜ਼ਾ ਚੜਿਆ ਹੋਇਆ ਹੈ ਤੇ ਇੰਡੀਆ ਉੱਤੇ ਜਿਹੜਾ ਇਟਲੀ ਦੇ ਉੱਤੇ 144% ਤੇ ਇੰਡੀਆ ਦੇ ਉੱਤੇ 58% ਜਿਹੜਾ ਕਰਜ਼ਾ ਹੈ ਜੀ ਮਤਲਬ ਇੰਡੀਆ ਜਿੰਨੀ ਇਸ ਦੀ ਜੀਡੀਪੀ ਬਣਦੀ ਹੈ 6 ਮਹੀਨਿਆਂ ਦੇ ਵਿੱਚ ਜਿਹੜਾ ਸਾਰਾ ਕਰਜ਼ਾ ਹੈ ਜੀ ਲਾ ਸਕਦਾ ਹੈ ਤੇ ਚਾਈਨਾ ਵੀ ਦੱਸ ਦੇ ਕਿ 81% ਜਿਹੜਾ ਚਾਈਨਾ ਦੇ ਉੱਤੇ ਕਰਜ਼ਾ ਹੈ ਹੁਣ ਥੋੜੇ ਸਕਿੰਟਾਂ ਦੇ ਵਿੱਚ ਤੁਹਾਨੂੰ ਇਹ ਵੀ ਦੱਸਾਂਗੇ ਕਿ ਦੁਨੀਆ ਦਾ ਕਿਹੜਾ ਇਹੋ ਜਿਹਾ ਦੇਸ਼ ਹੈ ਜਿਹਦੇ ਉੱਤੇ ਕੋਈ ਵੀ ਕਰਜਾ ਨਹੀਂ ਹੈ ਇਹਦੇ ਵਿੱਚ ਚਾਰ ਦੇਸ਼ਾਂ ਦੇ ਨਾਮ ਦੱਸਾਂਗੇ ਇੱਕ ਹੈ ਜੀ ਮਕਾਓ ਬੁਰਨੇਈ ਕੋਵੇਤ ਤੇ ਹਾਂਗਕਾਂਗ ਜੀ ਇਹਨਾਂ ਦੇ ਉੱਤੇ ਕਰਜਾ ਵੀ ਹੈ ਤੇ ਬਹੁਤ ਥੋੜਾ 1-2% ਬਾਕੀ ਗੱਲ ਕਰ ਲਈਏ ਉਹਨਾਂ ਵੀਰਾਂ ਦੇ ਬਾਰੇ ਜਿਨ੍ਹਾਂ ਨੂੰ ਖੁਸ਼ਕਿਸਮਤੀ ਨਾਲ ਜਿਹੜੀ 13ਵੀਂ ਤਨਖਾਹ ਹੈ ਜੀ ਮਿਲ ਚੁੱਕੀ ਹੈ ਤੇ ਉਹਨਾਂ ਨੂੰ ਜਿਹੜੀ 13ਵੀਂ ਤਨਖਾਹ ਦੇ ਵਿੱਚ ਇੱਕ ਗਿਫਟ ਵੀ ਮਿਲਿਆ ਹੈ ਇਹ ਜਿਹੜਾ ਗਿਫਟ ਹੈ ਜੀ 256 ਯੂਰੋ ਦਾ ਹੈ 13ਵੀਂ ਤਨਖਾਹ ਦੇ ਵਿੱਚ ਕਈਆਂ ਨੂੰ 256 ਯੂਰੋ ਜਿਹੜੇ ਹਨ ਜਿਆਦਾ ਮਿਲੇ ਹਨ ਇੱਥੇ ਵੀ ਦੱਸ ਜੀ ਕਿ ਜਿਹੜੇ 256 ਯੂਰੋ ਜਿਆਦਾ ਮਿਲੇ ਹਨ ਇਹ ਸਾਰਿਆਂ ਨੂੰ ਨਹੀਂ ਮਿਲੇ ਬਾਕੀ ਨੂੰ ਵੀਰਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੂੰ 256 ਯੂਰੋ ਜਿਹੜੀ ਤਨਖਾਹ ਦੇ ਵਿੱਚੋਂ ਵਧ ਕੇ ਮਿਲੇ ਹਨ ਕਮੈਂਟ ਦੇ ਵਿੱਚ ਜਰੂਰ ਦੱਸਿਓ ਬਾਕੀ ਦੇ ਵਿੱਚ ਜਿਹੜੀਆਂ ਕੁਝ ਸ਼ਰਤਾਂ ਹਨ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਕੁਝ ਲੋਕਾਂ ਨੂੰ ਪੈਸੇ ਜਿਆਦਾ ਮਿਲੇ ਹਨ ਇਹਦੇ ਵਿੱਚ ਤੁਸੀਂ ਜਿਹੜਾ ਕੋਈ ਵੀ ਧਮਾਂਦਾ ਵਗੈਰਾ ਨਹੀਂ ਕਰਨਾ ਜਿਹੜਾ ਸਿਸਟਮ ਹੈ ਜੀ ਆਪਣੇ ਆਪ ਹੀ ਸਾਰਾ ਕੁਝ ਦੇਖ ਰਿਹਾ ਹੈ ਤੇ ਜਿਸ ਨੂੰ ਸਿਸਟਮ ਨੂੰ ਲੱਗਦਾ ਹੈ ਕਿ ਜਿਸ ਨੂੰ ਪੈਸੇ ਦੀ ਲੋੜ ਹੈ ਜਾਂ ਜਿਹੜਾ ਉਹਨਾਂ ਦੀ ਨਜ਼ਰ ਦੇ ਵਿੱਚ ਆਉਂਦਾ ਹੈ ਜਿਹੜਾ ਨਾ ਇਹ ਜਿਹੜੀਆਂ ਕੰਡੀਸ਼ਨ ਵਗੈਰਾ ਹਨ ਪੂਰੀਆਂ ਕਰਦਾ ਹੈ ਉਸ ਨੂੰ ਆਪਣੇ ਆਪ ਹੀ ਜਿਹੜੇ 256 ਯੂਰੋ ਵੱਧ ਕੇ ਮਿਲਦੇ ਹਨ ਹੁਣ ਗੱਲ ਕਰੀਏ ਇੱਕ ਹੋਜੇ ਸ਼ਖਸ ਜਿਸ ਦਾ ਨਾਮ ਹੈ ਜੀ ਫਰਨਾਂਡਿਸ ਜਿਸ ਨੇ ਕਿ 2015 ਦੇ ਵਿੱਚ ਜਿਹੜੀ ਪੁਰਤਗਾਲ ਦੀ ਸਿਟੀਜ਼ਨਸ਼ਿਪ ਜਿਹੜੀ ਹਾਸਲ ਕੀਤੀ ਸੀ ਇਹ ਜਿਸ ਦਾ ਨਾਮ ਆਪਾਂ ਤੁਹਾਨੂੰ ਫਰਨਾਂਡਿਸ ਦੱਸ ਰਹੇ ਹਾਂ ਇਹ ਇੰਡੀਆ ਦੇ ਨਾਲ ਪਹਿਲਾ ਸ਼ਖਸ ਜਿਹੜਾ ਸਬੰਧਤ ਸੀ ਇੰਡੀਅਨ ਸੀ ਹੁਣ ਜਿਹੜਾ ਇਸ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਇੰਡੀਅਨ ਪਾਸਪੋਰਟ ਆਫਿਸ ਦੇ ਵੱਲੋਂ ਇਹ ਜਿਹੜਾ MEA ਜਿਸ ਨੂੰ ਆਪਾਂ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਵੀ ਕਹਿੰਦੇ ਆ ਉਹਨਾਂ ਦੇ ਇਸ਼ਾਰੇ ਦੇ ਉੱਤੇ ਜਿਹੜਾ ਹੈ ਜੀ ਨੋਟਿਸ ਜਾਰੀ ਕੀਤਾ ਗਿਆ ਹੈ ਇਸਨੇ ਕੀ ਕੀਤਾ ਕਿ ਜਿਹੜੀ ਆਪਣੀ ਨੈਸ਼ਨੈਲਿਟੀ ਸੀ ਇੰਡੀਆ ਦੀ ਵਾਲੀ ਉਸ ਨੂੰ ਕੈਨਸਲ ਨਹੀਂ ਕਰਾਇਆ ਤੇ ਜਦੋਂ ਇਹ ਇੰਡੀਆ ਦੇ ਵਿੱਚ ਜਾਂਦਾ ਹੈ ਜਿੱਥੇ ਉੱਥੇ ਜਾ ਕੇ ਆਫਿਸ ਦੇ ਵਿੱਚ ਆਪਣਾ ਜਿਹੜਾ ਪਾਸਪੋਰਟ ਹੈ ਜੀ ਇੰਡੀਅਨ ਪਾਸਪੋਰਟ ਇਸ ਨੂੰ ਰੀਨਿਊ ਕਰਾਉਣ ਦੇ ਵਾਸਤੇ ਜਿੱਦਾਂ ਕੀ ਐਪਲੀਕੇਸ਼ਨ ਫਿਲ ਕਰਦਾ ਹੈ ਹੁਣ ਇਸੇ ਤੁਹਾਨੂੰ ਦੱਸ ਦੇ ਕਿ ਇੰਡੀਆ ਇੱਕ ਅਜਿਹਾ ਦੇਸ਼ ਹੈ ਜਿਹੜਾ ਕਿ ਡਬਲ ਨੈਸ਼ਨੈਲਿਟੀ ਨਹੀਂ ਮੰਨਦਾ ਜੇ ਤੁਸੀਂ ਕਿਸੇ ਵੀ ਦੇਸ਼ ਦੀ ਜਿਹੜੀ ਨੈਸ਼ਨੈਲਿਟੀ ਲੈਂਦੇ ਹੋ ਚਾਹੇ ਉਹ ਬੇਸ਼ੱਕ ਟਾਲੀਨ ਹੋਵੇ ਜਾਂ ਸਪੇਨ ਦੀ ਹੋਵੇ ਜਾਂ ਪੁਰਤਗਾਲ ਦੀ ਹੋਵੇ ਤੁਹਾਨੂੰ ਜਿਹੜੀ ਇੰਡੀਆ ਦੀ ਨੈਸ਼ਨੈਲਿਟੀ ਹੈ ਉਹ ਕੈਨਸਲ ਕਰਾਉਣੀ ਪੈਂਦੀ ਹੈ ਤੁਸੀਂ ਜਿਹੜੀ ਡਬਲ ਸਿਟੀਜ਼ਨਸ਼ਿਪ ਵਾਲਾ ਜਿਹੜਾ ਸਿਸਟਮ ਹੈ ਜੀ ਇੰਡੀਆ ਵਿੱਚ ਨਹੀਂ ਚਲਾ ਸਕਦੇ ਹੁਣ ਜਿਹੜੇ ਸਾਡੇ ਬੋਤ ਤੇ ਵੀਰ ਜੀ ਨੇ ਇਟਾਲੀਅਨ ਸਿਟੀਜ਼ਨਸ਼ਿਪ ਲੈ ਲਈ ਹੈ ਉਹਨਾਂ ਨੂੰ ਪਤਾ ਹੈ ਕਿ ਜਦੋਂ ਇਟਲੀ ਦੇ ਨਾਗਰਿਕ ਬਣਦੇ ਹਨ ਚੀਤਾ ਦੀ ਨਾਸਾ ਇਥੋਂ ਦੀ ਲੈ ਲੈਂਦੇ ਹਨ ਘਰਤਾ ਦੀ ਧੰਤੀ ਤਾਂ ਇਥੋਂ ਦੀ ਬਣ ਜਾਂਦੀ ਹੈ ਤੇ ਪਾਸਪੋਰਟ ਦੇ ਵਾਸਤੇ ਵੀ ਲੋਕ ਅਪਲਾਈ ਕਰਦੇ ਨੇ ਉਸ ਤੋਂ ਬਾਅਦ ਜਿਹੜਾ ਪਾਸਪੋਰਟ ਹੈ ਜੀ ਇੱਥੇ ਦੀ ਜਿਹੜੀ ਅੰਬੈਸੀ ਹੈ ਪਿਛਲੀ ਦੇ ਵਿੱਚ ਇੰਡੀਅਨ ਅੰਬੈਸੀ ਉਹਦੇ ਵੀ ਜਾ ਕੇ ਜਿਹੜਾ ਪਾਸਪੋਰਟ ਵੀ ਸਰੈਂਡਰ ਕਰਨਾ ਪੈਂਦਾ ਹੈ ਤੇ ਇਹਦੇ ਵਾਸਤੇ ਜਿਹੜਾ ਇੱਕ ਪੂਰਾ ਡਿਟੇਲ ਦੇ ਨਾਲ ਜਦਾਂ ਕੀ ਫਾਈਲ ਤਿਆਰ ਕੀਤੀ ਜਾਂਦੀ ਹੈ ਤੇ ਜਿਹੜਾ OCI ਕਾਰਡ ਜਾਂ ਜਿਹੜਾ ਵੀਜ਼ਾ ਵਗੈਰਾ ਹੁੰਦਾ ਹੈ ਜੀ ਉਹ ਫਿਰ ਉਸ ਤੋਂ ਬਾਅਦ ਜਿਹੜੇ ਅਗਲੀ ਪ੍ਰੋਸੈਸ ਦੇ ਵਿੱਚ ਕੀਤਾ ਜਾਂਦਾ ਹੈ ਸੋ ਕੋਈ ਵੀ ਵੀਰ ਜਿਹੜਾ ਹੈ ਜੀ ਇਸ ਤਰ੍ਹਾਂ ਦੀ ਗਲਤੀ ਨਾ ਕਰੇ ਅਗਰ ਉਸਨੇ ਚੀਤਾ ਦੀ ਨਾਸਾ ਲੈ ਲਈ ਹੈ ਤੇ ਜਿਹੜੀ ਇੰਡੀਅਨ ਨੈਸ਼ਨੈਟੀ ਹੈ ਜੀ ਉਸ ਨੂੰ ਫਿਰ ਜਿਹੜਾ ਕੈਂਸਲ ਕਰਾਉਣਾ ਪੈਂਦਾ ਹੈ ਬਾਕੀ ਆਪਾਂ ਗੱਲ ਕਰ ਲਈਏ ਕਲਦਾਈਆ ਦੀ ਜਿਨ੍ਹਾਂ ਦੇ ਘਰ ਦੇ ਵਿੱਚ ਰਿਸਕਲ ਦਾ ਮਤਲਬ ਲੱਗੀ ਹੋਈ ਹੈ ਜਿਹੜੇ ਗਰਮ ਪਾਣੀ ਦਾ ਉਪਯੋਗ ਕਰਦੇ ਹਨ ਣਾਉਣ ਦੇ ਵਾਸਤੇ ਹੋਰ ਨੱਕਮਾਂ ਦੇ ਵਾਸਤੇ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਜਿਹੜੇ ਕਲਦਾਈਆ ਹਨ ਜੀ ਪੁਰਾਣੇ ਮਾਡਲ ਦੇ ਹਨ ਕਲਾਸਿਕ ਡਿਜ਼ਾਈਨ ਜਿਹੜਾ ਹੈ ਉਹਨਾਂ ਦੇ ਵਿੱਚ ਜਿਹੜੀ ਇਸ ਟਾਈਮ ਦੱਸਿਆ ਗਿਆ ਹੈ ਕਿ ਜਿਹੜੀ ਇੱਕ ਵੇਸਟੇਜ ਹੈ ਜੀ 10% ਜਿਹੜੀ ਵੇਸਟੇਜ ਚਲੀ ਜਾਂਦੀ ਹੈ ਤੇ ਜਿਹੜੇ ਕੰਡੈਂਸਡ ਕਲਦਾਈਆ ਹੁੰਦੇ ਹਨ ਜਿਸ ਨੂੰ ਆਪਾਂ ਕੰਡੈਂਸਿੰਗ ਬੋਇਲਰ ਵੀ ਕਹਿੰਦੇ ਹਾਂ ਜਾਂ ਤੁਸੀਂ ਇਸ ਨੂੰ ਕੰਡੈਂਸਡ ਕਲਦਾਈ ਆ ਵੀ ਕਹਿ ਸਕਦੇ ਹੋ ਇਹਦੇ ਵਿੱਚ ਕੀ ਹੈ ਕਿ ਇਹਦੇ ਵਿੱਚ ਜਿਹੜੀ ਵੇਸਟੇਜ ਹੈ ਜੀ 1% ਦੇ ਕਰੀਬ ਬਣਦੀ ਹੈ ਜਿਹਦੇ ਨਾਲ ਹੁੰਦਾ ਕੀ ਹੈ ਕਿ ਤੁਹਾਡੀ ਜਿਹੜੀ ਗੈਸ ਦੀ ਕੰਸਮਪਸ਼ਨ ਹੈ ਜੀ ਬਹੁਤ ਜ਼ਿਆਦਾ ਘਟ ਜਾਂਦੀ ਹੈ ਜਿਹੜਾ ਤੁਹਾਡਾ ਗੈਸ ਦਾ ਬਿੱਲ ਹੈ ਦੱਸਿਆ ਗਿਆ ਕਿ 30% ਤੱਕ ਘਟ ਜਾਂਦਾ ਹੈ ਜਿੱਥੇ ਤੁਹਾਡਾ ਜਿਹੜਾ ਗੈਸ ਦਾ ਬਿੱਲ 100 ਯੂਰੋ ਆਉਂਦਾ ਸੀ ਤੇ ਉੱਥੇ ਇਹਦੇ ਨਾਲ 30 ਆਪਣਾ 30% ਘਟ ਕੇ 70% ਹੀ ਰਹਿ ਜਾਂਦਾ ਹੈ ਬਾਕੀ ਦੇ ਵਿੱਚ ਪੈਸੇ ਕਿੰਨੇ ਕ ਲੱਗਦੇ ਹਨ ਉਹ ਵੱਖਰੀ ਗੱਲ ਹੈ ਬਾਕੀ ਦੱਸਿਆ ਗਿਆ ਕਿ ਜੇ ਤੁਸੀਂ 2500 ਯੂਰੋ ਜਿਹੜਾ ਖਰਚਦੇ ਹੋ ਇਹਦੇ ਉੱਪਰ ਤੇ ਜਿਹੜੇ ਪੈਸੇ ਹ ਜੀ ਹੌਲੀ ਹੌਲੀ ਪੂਰੇ ਹੋ ਜਾਂਦੇ ਹਨ ਬਾਕੀ ਜਿਹੜੀ ਇਸ ਦੀ ਲਾਈਫ ਹੁੰਦੀ ਹੈ ਜੀ ਇਸ ਕਲਦਾਈਆ ਦੀ ਦੱਸਿਆ ਗਿਆ ਕਿ ਇਹ ਲਾਈਫ ਸਪੈਨ ਹੈ ਜੀ 20 ਸਾਲ ਦੇ ਆਸ-ਪਾਸ ਹੁੰਦਾ ਹੈ ਬਾਕੀ ਕੁਝ ਸਾਲ ਪਹਿਲਾਂ ਤੁਸੀਂ ਇੱਕ ਸੁਣਿਆ ਹੋਵੇਗਾ ਕਿ ਬੋਨਸ ਰੈਂਸੀ ਲੋਕ ਇਸ ਨੂੰ ਇਸੇ ਤਰ੍ਹਾਂ ਕਹਿੰਦੇ ਸਨ ਬੋਨਸ ਰੈਂਸੀ ਜਿਹੜਾ ਕਿ ਤਕਰੀਬਨ 80 ਯੂਰੋ ਮਹੀਨੇ ਦਾ ਹੁੰਦਾ ਸੀ ਤੇ ਬਾਅਦ ਵਿੱਚ ਕਈਆਂ ਨੂੰ ਜਿਹੜਾ 100 ਯੂਰੋ ਵੀ ਆਉਂਦਾ ਸੀ ਇਹਦੇ ਵਿੱਚ ਕੀ ਹੁੰਦਾ ਸੀ ਕਿ ਜਿਹੜੀ ਪੇਮੈਂਟ ਹੈ ਜੀ ਹਰ ਮਹੀਨੇ ਜਿਹੜੀ ਬੋਸਤਾ ਪਾਗ ਦੇ ਵਿੱਚ ਹੀ ਆਉਂਦੀ ਸੀ ਤੇ ਬਕਾਇਦਾ ਲਿਖਿਆ ਹੁੰਦਾ ਸੀ ਤੇ ਕਈ ਵੀ ਜਿਹੜੇ ਸੈਨ ਕਰ ਦਿੰਦੇ ਸਨ ਜਾਂ ਕਿ ਉਹਨਾਂ ਨੂੰ ਫਿਰ ਸਾਲ ਦੇ ਐਂਡ ਦੇ ਵਿੱਚ ਇਕੱਠਾ ਹੀ ਮਿਲਦਾ ਸੀ। ਬਾਕੀ ਸਾਲ ਦੇ ਐਂਡ ਦੇ ਵਿੱਚ ਜਿਹੜੀ ਗ੍ਰੋਸ ਆਮਦਨ ਤੁਹਾਡੀ ਕਿੰਨੀ ਹੈ ਉਸ ਨੂੰ ਜਿਹੜਾ ਕੈਲਕੂਲੇਟ ਕੀਤਾ ਜਾਂਦਾ ਸੀ ਤੇ ਉਸ ਦੇ ਆਧਾਰ ਦੇ ਉੱਤੇ ਜਿਹੜਾ ਹੈ ਜੀ ਅਗਰ ਪੈਸੇ ਵੱਧ ਆ ਗਏ ਤੇ ਕੱਟ ਲਈ ਜਾਂਦੇ ਸਨ ਅਗਰ ਘਾਟਾ ਆਈ ਜਾਂ ਤਾਂ ਦੁਬਾਰਾ ਫਿਰ ਦਿੱਤੇ ਜਾਂਦੇ ਸਨ। ਬਾਅਦ ਵਿੱਚ ਜਿਹੜਾ ਇਸ ਬੋਨਸ ਜਿਹੜਾ ਨਾਮ ਬਦਲ ਦਿੱਤਾ ਸੀ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਬਾਅਦ ਵਿੱਚ ਇਸ ਨੂੰ ਆਈ ਆਰ ਪੀ ਇਫ ਜਿਹੜਾ ਬੋਨਸ ਹੈ ਜੀ ਉਸ ਦੇ ਨਾਮ ਦੇ ਨਾਲ ਜਾਣੇ ਜਾਂਦਾ ਸੀ। ਜਿਸ ਨੂੰ ਕਿ 2021 ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਸੀ ਬਜਟ ਲਾ ਦੇ ਵਿੱਚ ਇਹ ਉਹਨਾਂ ਨੂੰ ਦਿੱਤਾ ਜਾਂਦਾ ਸੀ ਜਿਨ੍ਹਾਂ ਦੀ ਆਮਦਨ ਜਿਹੜੀ ਹੈ ਜੀ 40000 ਯੂਰੋ ਤੱਕ ਹੈ ਬਾਅਦ ਵਿੱਚ ਜਿਹੜਾ ਇਸ ਬੋਨਸ ਦਾ ਜਿਹੜਾ ਦਾਇਰਾ ਸੀ ਉਸ ਨੂੰ 28000 ਯੂਰੋ ਕੀਤਾ ਗਿਆ ਤੇ ਜਿਹੜੀ ਮੈਕਸਿਮਮ ਅਮਾਉਂਟ ਸੀ 1200 ਯੂਰੋ ਹੀ ਕਰ ਦਿੱਤੀ ਗਈ ਸੀ ਮਤਲਬ ਕਿ ਜੇ ਕਿਸੇ ਬੰਦੇ ਨੂੰ ਜ਼ਿਆਦਾ ਸਪੋਰਟ ਦੀ ਲੋੜ ਹੈ ਸਪੋਜ਼ ਕਰੋ ਕਿ ਜਿਹੜਾ ਉਸ ਦਾ ਬੋਨਸ ਹੈ ਜੀ 1800 ਯੂਰੋ ਬਣਦਾ ਹੈ ਪਰੰਤੂ ਜਿਹੜੀ ਇਹਦੇ ਵਿੱਚ ਇੱਕ ਲਿਮਿਟ ਸੈੱਟ ਕਰ ਦਿੱਤੀ ਕਿ 1200 ਯੂਰੋ ਤੋਂ ਜਿਹੜਾ ਵੱਧ ਪੈਸਾ ਕਿਸੇ ਨੂੰ ਨਹੀਂ ਮਿਲ ਸਕਦਾ ਚਾਹੇ ਉਸ ਦੇ ਜਿਹੜੇ ਹੁਣ ਜਿਹੜੀਆਂ ਇਹਦੇ ਵਿੱਚ ਜਿਹੜੀਆਂ ਪੰਜ ਸਲੇਬਾ ਤੋਂ ਚਾਰ ਸਲੇਬਾ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀ ਆਮਦਨ 15 ਯਾ ਯੂਰੋ ਤੱਕ ਉਹਦੇ ਵਿੱਚ ਜਿਹੜਾ ਹੈ ਜੀ 23% ਜਿਨ੍ਹਾਂ ਦੀ ਆਮਦਨ 15001 ਯੂਰੋ ਤੋਂ ਲੈ ਕੇ 28000 ਯੂਰੋ ਤੱਕ ਬਣਦੀ ਹੈ ਇਹਨਾਂ ਦਾ ਜਿਹੜਾ ਰੇਟ ਹੈ ਜੀ 27 ਤੋਂ 25% ਕੀਤਾ ਗਿਆ ਹੈ ਜਿਨ੍ਹਾਂ ਦੀ ਆਮਦਨ 28000 ਯੂਰੋ ਤੋਂ ਲੈ ਕੇ 28001 ਤੋਂ ਲੈ ਕੇ 50000 ਯੂਰੋ ਤੱਕ ਬਣਦੀ ਹੈ ਇਹਨਾਂ ਦੇ ਵਾਸਤੇ ਜਿਹੜਾ 38% ਤੋਂ ਘਟਾ ਕੇ 35% ਕਰ ਦਿੱਤਾ ਗਿਆ ਹੈ ਤੇ ਜਿਨ੍ਹਾਂ ਦੀ ਆਮਦਨ 50000 ਤੋਂ ਉੱਪਰ ਇਹਨਾਂ ਦੇ ਵਾਸਤੇ ਜਿਹੜਾ ਰੇਟ ਹੈ ਜੀ ਉਸ ਨੂੰ ਵਿਦਾਇਤਤਾ ਗਿਆ ਹੈ 43% ਕਰ ਦਿੱਤਾ ਗਿਆ ਹੈ। ਬਾਕੀ ਜਿਨ੍ਹਾਂ ਦੀ ਆਮਦਨ 15000 ਯੂਰੋ ਤੱਕ ਬਣਦੀ ਹੈ ਉਹਦੀ ਜਿਹੜੀ ਕਟੌਤੀ ਹੈ ਜੀ 1880 ਯੂਰੋ ਹੋਵੇਗੀ। ਜਿਨ੍ਹਾਂ ਦੀ ਜਿਹੜੀ ਇਨਕਮ 15001 ਯੂਰੋ ਤੋਂ ਲੈ ਕੇ 28000 ਬਣਦੀ ਹੈ ਇਹਨਾਂ ਦੀ ਜਿਹੜੀ ਕਟੌਤੀ ਹੈ ਜੀ ਟੈਕਸਾਂ ਦੀ 1910 ਯੂਰੋ ਹੋਵੇਗੀ। ਤੇ ਜਿਨ੍ਹਾਂ ਦੀ ਜਿਹੜੀ ਆਮਦਨ 28001 ਯੂਰੋ ਤੋਂ ਲੈ ਕੇ 50000 ਤੱਕ ਇਹਨਾਂ ਦੀ ਵੀ ਜਿਹੜੀ ਕਟੌਤੀ ਹੈ ਜੀ 1910 ਯੂਰੋ ਹੀ ਹੋਵੇਗੀ। ਬਾਕੀ ਜਿਨ੍ਹਾਂ ਵੀਰਾਂ ਦੀ ਜਿਹੜੀ ਆਮਦਨ ਹੈ ਜੀ ਜਿਸ ਨੂੰ ਆਪਾਂ ਲੋਰਡੋ ਵੀ ਕਹਿੰਦੇ ਆ ਜਿਹੜਾ 15 ਯਸਤ ਪੈਂਦੀ ਉਹ ਬਣਦਾ ਹੈ ਜੀ 15000 ਤੱਕ ਸਲਾਨਾ ਉਹਨਾਂ ਨੂੰ ਜਿਹੜਾ ਬੋਨਸ ਹੈ ਜੀ ਪੂਰਾ ਹੀ ਮਿਲੇਗਾ ਹੁਣ ਗੱਲ ਕਰੀਏ ਕਿ ਜਦੋਂ ਇਟਲੀ ਦੇ ਵਿੱਚ ਲੋਕਾਂ ਨੂੰ ਸੱਦਿਆ ਜਾਂਦਾ ਹੈ ਜਿਨ੍ਹਾਂ ਨੂੰ ਵੀਜ਼ੇ ਵਗੈਰਾ ਦੀ ਲੋੜ ਪੈਂਦੀ ਹੈ ਕੁਝ ਇਹੋ ਜਿਹੇ ਕਿਤੇ ਵੀ ਇਟਲੀ ਦੇ ਵਿੱਚ ਹਨ ਜਿਨ੍ਹਾਂ ਦੇ ਵਿੱਚ ਅਗਰ ਕੋਈ ਵੀ ਬੰਦਾ ਅਪਲਾਈ ਕਰਦਾ ਹੈ ਉਸ ਕੈਟਾਗਰੀ ਦੇ ਵਿੱਚ ਤੇ ਜਿਹੜਾ ਉਸ ਦਾ ਵੀਜ਼ਾ ਹੈ ਜੀ ਇਟਲੀ ਦਾ 100% ਉਸ ਨੂੰ ਮਿਲਦਾ ਹੈ ਇਹਦੇ ਵਿੱਚ ਜਿਹੜੇ ਰਿਫਿਊਜ਼ ਦੇ ਚਾਂਸ ਹਨ ਜੀ ਬਹੁਤ ਜ਼ਿਆਦਾ ਘੱਟ ਹਨ ਇਹਦੇ ਵਿੱਚ ਜਿਹੜੇ ਕੁਝ ਕਿਤੇ ਹਨ ਜਿਨ੍ਹਾਂ ਦੇ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਇਕ ਤਰ੍ਹਾਂ ਦੇ ਵਿੱਚ ਹੈ ਜੀ ਡਾਕਟਰਸ ਨੰਬਰ 2 ਤੇ ਨਰਸਿਸ ਨੰਬਰ 3 ਤੇ ਜਿਹੜਾ ਫਿਜ਼ੀਓਥੈਰੇਪੀਸਟ ਹੁੰਦੇ ਹਨ ਨੰਬਰ 4 ਤੇ ਹੈਲਥ케ਅਰ ਤੇ ਸੋਸ਼ਲ ਸਰਵਿਸ ਜਿਹੜੇ ਪ੍ਰੋਫੈਸ਼ਨਲ ਹੁੰਦੇ ਹਨ ਨੰਬਰ 5 ਤੇ ਮੈਥਮੈਟਿਕ ਦੇ ਕੰਪਿਊਟਰ ਸਾਇੰਸ ਸਪੈਸ਼ਲਿਸਟ ਨੰਬਰ 6 ਦੇ ਉੱਤੇ ਆਈਸੀਟੀ ਜਿਹੜੇ ਟੈਕਨੀਸ਼ੀਅਨ ਹਨ ਨੰਬਰ 7 ਦੇ ਉੱਤੇ ਇੰਜੀਨੀਅਰ ਨੰਬਰ 8 ਤੇ ਇੰਜੀਨੀਅਰਿੰਗ ਟੈਕਨੀਸ਼ੀਅਨ ਨੰਬਰ 9 ਤੇ ਜਿਹੜਾ ਸਕਿਲਡ ਕੰਸਟ੍ਰਕਸ਼ਨ ਵਰਕ ਮਤਲਬ ਕਿ ਰਾਜ ਮਿਸਤਰੀ ਵਾਲੇ ਬੰਦੇ ਨੰਬਰ 10 ਤੇ ਆਉਂਦਾ ਹੈ ਜੀ ਰੈਸਟੋਰੈਂਟ ਦਾ ਸਟਾਫ ਇਨਾ ਕੈਟਾਗਰੀ ਵਿੱਚ ਜਿਹੜਾ ਹੈ ਜੀ ਵੀਜ਼ਾ ਲੱਗਣ ਦੇ ਚਾਂਸ ਬਹੁਤ ਜ਼ਿਆਦਾ ਹਨ ਪੱਕੀ ਅੱਜ ਦੀ ਵੀਡੀਓਜ਼ ਵਿੱਚੋਂ ਇਨਾ ਹੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਕਿਉਂਕਿ ਇਸ ਚੈਨਲ ਦੇ ਤੋਂ ਜਿਹੜੀਆਂ ਖਬਰਾਂ ਹਨ ਜੀ ਇਹੋ ਜਿਹੀਆਂ ਦਿੱਤੀਆਂ ਜਾਂਦੀਆਂ ਜਿਹਦੇ ਨਾਲ ਤੁਹਾਡਾ ਕੋਈ ਨਾ ਕੋਈ ਫਾਇਦਾ ਹੁੰਦਾ ਹੈ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ